ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਦਾਵਾ ਮਨਪ੍ਰੀਤ ਸਿੰਘ ਬਾਦਲ ਇਸ ਸਿਆਸਤਦਾਨ ਦੀ ਜਦੋਂ ਵੀ ਤੁਸੀਂ ਕਿਸੇ ਨਾਲ ਗੱਲ ਕਰੋ ਤੇ ਕੋਈ ਇੱਕ رائے ਲੋਕਾਂ ਦੀ ਇਸ ਸਿਆਸਤਦਾਨ ਬਾਰੇ ਨਹੀਂ ਹੈ ਸਾਰਿਆਂ ਨੂੰ ਲੱਗਦਾ ਜਦੋਂ ਉਹਨਾਂ ਦੀ رائے ਲਓ ਕੋਈ ਮਨਪ੍ਰੀਤ ਸਿੰਘ ਬਾਦਲ ਬਾਰੇ ਕੁਝ ਸੋਚਦਾ ਤੇ ਕੁਝ ਕੁਝ ਸੋਚਦਾ ਜਿਸ ਤਰ੍ਹਾਂ ਮੈਂ ਦੱਸਿਆ ਕਿ ਕੁਝ ਲੋਕ ਸੋਚਦੇ ਨੇ ਕਿ ਮਨਪ੍ਰੀਤ ਸਿੰਘ ਬਾਦਲ ਤਾਂ ਬਹੁਤ ਪੜੇ ਲਿਖੇ ਸਿਆਸਤਦਾਨ ਨੇ ਬਹੁਤ ਇਮਾਨਦਾਰ ਨੇ ਵੱਖਰੀ ਤਰ੍ਹਾਂ ਦੀ ਰਾਜਨੀਤੀ ਕਰਦੇ ਨੇ ਬੜੀ ਕਲੀਨ ਪੋਲਿਟਿਕਸ ਕਰਦੇ ਨੇ ਪਰ ਨਾਲ ਦੇ ਨਾਲ ਹੀ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਲੋਕ ਵੀ ਨੇ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਵੀ ਰਹਿਣ ਵਾਲੇ ਉਹ ਇਹ ਵੀ ਸੋਚਦੇ ਨੇ ਕਿ ਮਨਪ੍ਰੀਤ ਸਿੰਘ ਬਾਦਲ ਉਹ ਨਹੀਂ ਹੈ ਜੋ ਇਹ ਦਿਸਦੇ ਆ ਇਹਨਾਂ ਨੇ ਆਪਣੀ ਸ਼ਖਸੀਅਤ ਨੂੰ ਇੱਕ ਤਰ੍ਹਾਂ ਕੈਮੋਫਲੇਜ ਕੀਤਾ ਹੋਇਆ ਲੁਕੋਇਆ ਹੋਇਆ ਸੋ ਲੋਕਾਂ ਨੂੰ ਕੁਝ ਹੋਰ ਦਿਸਦੇ ਨੇ ਅਸਲੀ ਜ਼ਿੰਦਗੀ ਦੇ ਵਿੱਚ ਕੁਝ ਹੋਰ ਨੇ ਬਲਕਿ ਇਹਨਾਂ ਦੀ ਜਿਹੜੀ ਸਖਸ਼ੀਅਤ ਆ ਉਹ ਇੱਕ ਆਮ ਸਿਆਸਤਦਾਨ ਵਰਗੀ ਆ ਜਿਵੇਂ ਕਿ ਹਰ ਕੋਈ ਵੱਖਰੀਆਂ ਪਾਰਟੀਆਂ ਦਾ ਦੂਸਰੀਆਂ ਪਾਰਟੀਆਂ ਦਾ ਸਿਆਸਤਦਾਨ ਕਰਦਾ ਇਹ ਸਾਰਾ ਕੁਝ ਉਹੀ ਕੁਝ ਕਰਦੇ ਨੇ ਤੇ ਹੁਣ ਇਹ ਗੱਲ ਉਹਨਾਂ ਦੀ ਹੋਰ ਵੀ ਪੁਖਤਾ ਹੋ ਗਈ ਆ ਜਦੋਂ ਤੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਮਨਪਿੰਤ ਸਿੰਘ ਬਾਦਲ ਨੂੰ ਬੁਲਾ ਲਿਆ ਉਹਨਾਂ ਦੀ ਗ੍ਰਿਲਿੰਗ ਕੀਤੀ ਉਹਨਾਂ ਤੋਂ ਪੁੱਛਗਿੱਛ ਕੀਤੀ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਸਵਾਲ ਜਵਾਬ ਪੁੱਛੇ ਇਸ ਗੱਲ ਤੇ ਮਨਪ੍ਰੀਤ ਸਿੰਘ ਬਾਦਲ ਭੜਕੇ ਵੀ ਆ ਬੀਤੇ ਦਿਨੀ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਪਰ ਇਸ ਨਾਲ ਸਵਾਲ ਇਹ ਜ਼ਰੂਰ ਆ ਗਿਆ ਕਿ ਜਿਹੜਾ ਅਸੀਂ ਕੁਝ ਕਹਿੰਦੇ ਹੁੰਦੇ ਸੀ ਇਹੀ ਜਿਹੜੇ ਲੋਕ ਨੇ ਕਿ ਮਨਪ੍ਰੀਤ ਸਿੰਘ ਬਾਦਲ ਇਹ ਵੀ ਆਮ ਸਿਆਸਤਦਾਨਾਂ ਵਾਂਗੂ ਹੀ ਆ ਇਹ ਵੀ ਉਹੀ ਸਾਰਾ ਕੁਝ ਕਰਦੇ ਆ ਇਹਨਾਂ ਤੇ ਵੀ ਜੇ ਇਹਨਾਂ ਦੀ ਜਾਂਚ ਕਰੋ ਤੇ ਇਹਨਾਂ ਤੇ ਵੀ ਜਿਹੜੇ ਕਰਪਸ਼ਨ ਦੇ ਇਲਜ਼ਾਮ ਨੇ ਹੋ ਸਕਦਾ ਕੱਲ ਨੂੰ ਸੱਚੀ ਸਾਬਤ ਹੋ ਜਾਣ ਇਸ ਤਰ੍ਹਾਂ ਦੀ ਵੀ ਗੱਲ ਕੀਤੀ ਜਾਂਦੀ ਆ ਨਾਲ ਦੇ ਨਾਲ ਤੁਸੀਂ ਇੱਕ ਚੀਜ਼ ਹੋਰ ਦੇਖੋ ਏ ਇਕਾਟਕ ਵਰਿਆਂ ਦਾ ਮਨਪ੍ਰੀਤ ਸਿੰਘ ਬਾਦਲ ਪਿੱਛੇ 26 ਜੁਲਾਈ ਨੂੰ ਹੀ ਆਪਣਾ ਇਹ ਜਨਮ ਦਿਨ ਮਨਾ ਕੇ ਹਟੇ ਆ ਜਦੋਂ ਆਪਣੀ ਸਿਆਸਤ ਸ਼ੁਰੂ ਕਰਦੇ ਨੇ 1995 ਦੇ ਵਿੱਚ ਤੇ ਤੁਸੀਂ ਉਹ ਇਲੈਕਸ਼ਨ ਯਾਦ ਕਰੋ ਜਿਹੜੀ ਪ੍ਰਕਾਸ਼ ਸਿੰਘ ਬਾਦਲ ਨੇ ਕਿਸ ਤਰ੍ਹਾਂ ਆਪਣਾ ਪੂਰਾ ਜ਼ੋਰ ਲਾ ਕੇ ਮਨਪ੍ਰੀਤ ਬਾਦਲ ਨੂੰ ਜਿਤਾਈ ਸੀ ਤੇ ਉਸ ਵਕਤ ਦੇ ਜਿਹੜੇ ਮੁੱਖ ਮੰਤਰੀ ਸੀ ਬਿਆਨਤ ਸਿੰਘ ਬਿਆਨਤ ਸਿੰਘ ਲਈ ਕਾਂਗਰਸ ਦੇ ਉਹ ਉਸ ਵਕਤ ਦੇ ਮੁੱਖ ਮੰਤਰੀ ਸੀ ਉਨਾਂ ਲਈ ਵੀ ਇਹ ਸਿਰ ਟੜ ਦੀ ਬਾਜ਼ੀ ਬਣੀ ਹੋਈ ਸੀ ਆਖਿਰਕਾਰ ਮਨਪ੍ਰੀਤ ਸਿੰਘ ਬਾਦਲ ਜਿੱਤਦੇ ਆ ਤੇ ਆਪਣਾ ਸਿਆਸੀ ਜੀਵਨ ਸ਼ੁਰੂ ਕਰਦੇ ਆ ਪਰ ਨਾਲ ਹੀ ਲੋਕ ਪੁੱਛਦੇ ਨੇ ਕਿ ਇਹੇ ਬਾਦਲ ਇਹੇ ਮਨਪ੍ਰੀਤ ਬਾਦਲ ਇਹ ਜੇ ਪਰਿਵਾਰ ਦਾ ਨਹੀਂ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਹੋਇਆ ਤੇ ਹੋਰ ਕਿਸੇ ਦਾ ਕੀ ਹੋਊਗਾ ਕਿ ਇਹ ਭਾਰਤੀ ਜਨਤਾ ਪਾਰਟੀ ਦਾ ਹੋਊਗਾ ਇਸ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਹੁਣ ਗੱਲ ਕਰਾਂਗੇ ਉਸ ਡੈਲੀਗੇਸ਼ਨ ਦੀ 21 ਮੈਂਬਰੀ ਵਿਰੋਧੀ ਪਾਰਟੀਆਂ ਦਾ ਡੈਲੀਗੇਸ਼ਨ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮਨੀਪੁਰ ਗਿਆ ਸੀ ਉੱਥੇ ਜਾ ਕੇ ਜਾਇਜ਼ਾ ਲੈਣ ਗਿਆ ਸੀ ਕਿ ਮਨੀਪੁਰ ਦੇ ਵਿੱਚ ਕੀ ਸਥਿਤੀ ਆ ਪਿਛਲੇ ਲਗਭਗ 3 ਮਹੀਨੇ ਤੋਂ ਜਿਸ ਤਰ੍ਹਾਂ ਲਗਾਤਾਰ ਹਿੰਸਾ ਹੋਈ ਆ ਉਸ ਦੀ ਇਸ ਵਕਤ ਕੀ ਸਥਿਤੀ ਆ ਤੇ ਕੀ ਕੋਈ ਹਾਲਾਤ ਸੁਧਰੇ ਨੇ ਕੋਈ ਹਿੰਸਾ ਦੇ ਵਿੱਚ ਕੋਈ ਕਮੀ ਆਈ ਆ ਕੋਈ ਘਟੀ ਆ ਇਸ ਦੀ ਰਿਪੋਰਟ ਵੀ ਉਹਨਾਂ ਨੇ ਮਨੀਪੁਰ ਦੇ ਗਵਰਨਰ ਉਥੋਂ ਦੇ ਜਿਹੜੇ ਗਵਰਨਰ ਨੇ ਉਹਨਾਂ ਦੇ ਨਾਲ ਵੀ ਉਹਨਾਂ ਨੂੰ ਵੀ ਮਿਲੇ ਆ ਅਨਸੁਈਆ ਉਹੀ ਕੇਦੀ ਮੈਂ ਗੱਲ ਕਰ ਰਿਹਾ ਤੇ ਉਹਨਾਂ ਨੂੰ ਜੋ ਉਹ ਦੇਖ ਕੇ ਆਏ ਨੇ ਉਥੋਂ ਦੇ ਰਾਹਤ ਕੈਂਪਸ ਦੇ ਵਿੱਚ ਜਿੱਥੇ ਮਨੀਪੁਰ ਦੇ ਬਹੁਤ ਸਾਰੇ ਲੋਕ ਜਿਹੜੇ ਬੇਕਰ ਹੋ ਗਏ ਨੇ ਉਹ ਰਹਿ ਰਹੇ ਨੇ ਉਹਨਾਂ ਬਾਰੇ ਆਪਣੀ ਰਿਪੋਰਟ ਦਿੱਤੀ ਆ ਪਰ ਇਸ ਦੇ ਨਾਲ ਇੱਕ ਹੋਰ ਰਿਪੋਰਟ ਆਈ ਆ ਇਹ ਰਿਪੋਰਟ ਪਾਰਲੀਮੈਂਟ ਦੇ ਵਿੱਚ ਪੇਸ਼ ਹੋਈ ਆ ਪਰ ਇਸ ਉੱਤੇ ਧਿਆਨ ਇਸ ਕਰਕੇ ਨਹੀਂ ਜਾ ਸਕਿਆ ਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਉੱਥੇ ਰੌਲਾ ਰੱਪਾ ਪੈ ਰਿਹਾ ਕਿਸੇ ਤਰ੍ਹਾਂ ਦਾ ਕੋਈ ਬਿਜ਼ਨਸ ਡਿਸਕਸ ਨਹੀਂ ਹੋ ਰਿਹਾ ਪਰ ਜਿਹੜੀ ਰਿਪੋਰਟ ਆ ਉਹ ਸਾਨੂੰ ਹੈਰਾਨ ਕਰਦੀ ਆ ਕਿ ਪਿਛਲੇ 3 ਸਾਲਾਂ ਦੇ ਵਿੱਚ ਭਾਰਤ ਦੇ ਵਿੱਚ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ ਲੱਖਾਂ ਔਰਤਾਂ ਗਾਇਬ ਹੋ ਗਈਆਂ ਅਲੋਪ ਹੋ ਗਈਆਂ ਕਿੱਥੇ ਗਈਆਂ ਔਰਤਾਂ ਕੁੜੀਆਂ ਕਿੱਥੇ ਗਈਆਂ ਕਹਿੰਦੇ ਪਤਾ ਹੀ ਨਹੀਂ ਔਰੇ ਭਾਰਤ ਦੀ ਹੋਮ ਮਿਨਿਸਟਰੀ ਭਾਰਤ ਦੇ ਗ੍ਰਹਿ ਵਿਭਾਗ ਦੀ ਰਿਪੋਰਟ ਆ ਇਸ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਸਾਲ ਜਨਵਰੀ ਦੇ ਮਹੀਨੇ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਭਾਰਤੀ ਜਨਤਾ ਪਾਰਟੀ ਚਲੇ ਜਾਂਦੇ ਨੇ ਇਹ ਸੋਚ ਕੇ ਕਿ ਮੇਰੇ ਕਟੜ ਵਿਰੋਧੀ ਜਿਹੜੇ ਮੇਰਾ ਹਮੇਸ਼ਾ ਵਿਰੋਧ ਕਰਦੇ ਸੀ ਕਾਂਗਰਸ ਪਾਰਟੀ ਦੇ ਵਿੱਚ ਉਹ ਤਾਂ ਵੱਡੇ ਅਹੁਦਿਆਂ ਤੇ ਬਹਿ ਗਏ ਆ ਮੈਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਕਰ ਰਿਹਾ ਜਿਹੜੇ ਇਹਨਾਂ ਦੇ ਵਿਰੋਧੀ ਨੇ ਸਾਰਿਆਂ ਨੂੰ ਇਸ ਗੱਲ ਦਾ ਇਲਮ ਆ ਸਾਰਿਆਂ ਨੂੰ ਪਤਾ ਜਦੋਂ ਉਹ ਕਾਂਗਰਸ ਦੇ ਪ੍ਰਧਾਨ ਬਣ ਗਏ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਬੜੀ ਨਿਮੋਸ਼ੀ ਹੋਈ ਕਹਿੰਦੇ ਇੱਕ ਤਾਂ ਚਲੋ ਸੱਤਾ ਚੋਂ ਬਾਹਰ ਹੋ ਗਏ ਪਾਰਟੀ ਸੱਤਾ ਚੋਂ ਬਾਹਰ ਹੋ ਗਈ ਜਦੋਂ ਕਾਂਗਰਸ ਸੱਤਾ ਚੋਂ ਬਾਹਰ ਹੋ ਗਈ ਤੇ ਇਹਨਾਂ ਦਾ ਜਿਹੜਾ ਲਗਭਗ 7 ਸਾਲ ਦਾ ਕਾਂਗਰਸ ਨਾਲ ਮੋਹ ਸੀ ਉਹ ਵੀ ਭੰਗ ਹੋ ਗਿਆ ਇਹਨਾਂ ਨੂੰ ਵੀ ਲੱਗਾ ਕਿ ਜਿਹੜੀ ਸੱਤਾ ਚ ਪਾਰਟੀ ਆ ਉਹਦੇ ਵੱਲ ਚਲੀਏ ਜਿਵੇਂ ਕਿ ਅਮੂਮਨ ਸਿਆਸਤਦਾਨ ਹੁੰਦੇ ਹੀ ਆ ਸੱਤਾਧਾਰੀ ਪਾਰਟੀਆਂ ਵੱਲ ਜਾਂਦੇ ਆ ਤੇ ਦਿਖਾਉਂਦੇ ਕੁਝ ਹੋਰ ਆ ਖੈਰ ਇਹ ਉੱਥੇ ਚਲੇ ਜਾਂਦੇ ਨੇ ਇਹਨਾਂ ਦਾ ਵੈਲਕਮ ਕਿੰਨਾ ਖੁੰਦਾ ਇਸ ਦੀ ਤਾਂ ਮੈਂ ਗੱਲ ਤੁਹਾਨੂੰ ਅੱਗੇ ਦੱਸੂਗਾ ਪਰ ਇਹ ਜਦੋਂ ਜਾਂਦੇ ਨੇ ਉਸ ਤੋਂ ਪਹਿਲਾਂ ਇਹ ਆਪਣੀ ਚੋਣ ਹਾਰੇ ਹੁੰਦੇ ਨੇ ਔਰ ਬਹੁਤ ਬੁਰੀ ਨਾਲ ਹਾਰੇ ਹੁੰਦੇ ਨੇ ਸਨ 2022 ਦੀ ਮੈਂ ਅਸੈਂਬਲੀ ਚੋਣ ਦੀ ਗੱਲ ਕਰ ਰਿਹਾ ਜਦੋਂ ਬਠਿੰਡਾ ਸ਼ਹਿਰੀ ਸੀਟ ਮਨਪ੍ਰੀਤ ਸਿੰਘ ਬਾਦਲ ਦੀ ਉਥੇ ਜ਼ਮਾਨਤ ਜਬਤ ਹੁੰਦੇ ਹੁੰਦੇ ਬਚੀ ਸੀ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਮੁਸ਼ਕਲ ਨਾਲ 2300 ਵੋਟਾਂ 2300 ਵੋਟਾਂ ਨਾਲ ਜ਼ਮਾਨਤ ਬਚੀ ਸੀ ਤਾ ਜਾ ਕੇ ਮਾੜੀ-ਮੋਟੀ ਇਹਨਾਂ ਦੀ ਜਿਹੜੀ ਸਾਖ ਸੀ ਸ਼ਾਇਦ ਕਿਤੇ ਬਚੀ ਹੋਣੀ ਆ ਕਿ ਘੱਟੋ-ਘੱਟ ਜ਼ਮਾਨਤ ਤਾਂ ਨਹੀਂ ਜਬਤ ਹੋਈ ਵੈਸੇ ਇਹਨਾਂ ਦੇ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁੰਦੇ ਸੀ ਇਹਨਾਂ ਦੇ ਨਾਲ ਉਹਨਾਂ ਦੇ ਫਾਈਨੈਂਸ ਮਿਨਿਸਟਰ ਸੀ ਇਹਨਾਂ ਦੇ ਮੁੱਖ ਮੰਤਰੀ ਦੀ ਵੀ ਮੁਸ਼ਕਲ ਨਾਲ ਜ਼ਮਾਨਤ ਹੀ ਬਚੀ ਆ ਸੀਟ ਤਾਂ ਉਹ ਵੀ ਹਾਰ ਗਏ ਸੀ ਸੋ ਭਾਜਪਾ ਜਿਹੜੇ ਅੱਜਕੱਲ ਲੀਡਰਸ ਲੈ ਕੇ ਆ ਰਹੀ ਹੈ ਨਾ ਕਾਂਗਰਸ ਤੋਂ ਇਹਨਾਂ ਦਾ ਜਿਹੜੇ ਜੇ ਪਿਛੋਕੜ ਦੇਖੋ ਤੇ ਹਾਰ ਕੇ ਆ ਰਹੇ ਆ ਤੇ ਮੁਸ਼ਕਲ ਨਾਲ ਜ਼ਮਾਨਤਾ ਬਚਾ ਕੇ ਆ ਰਹੇ ਆ ਕਿ ਕੋਈ ਜਿੱਤ ਕੇ ਨਹੀਂ ਤੁਹਾਡੇ ਵੱਲ ਆ ਰਹੇ ਖੈਰ ਇਸ ਮੁੱਦੇ ਤੇ ਵਾਪਸ ਆ ਰਹੇ ਆ ਤੇ ਇਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਪਹਿਲੀ ਵਾਰੀ ਤਾਂ ਕੋਈ ਹਾਰੇ ਨਹੀਂ ਸਨ 2012 ਦੇ ਵਿੱਚ ਜਦੋਂ ਦੀ ਪੀਪੀਪੀ ਦੀ ਮੈਂ ਗੱਲ ਕਰ ਰਿਹਾ ਸੀ ਪੀਪਲਜ਼ ਪਾਰਟੀ ਆਫ ਪੰਜਾਬ ਜਦੋਂ ਭਗਵੰਤ ਮਾਨ ਨਾਲ ਹੁੰਦੇ ਸੀ ਤੇ ਇਹੀ ਮਨਪ੍ਰੀਤ ਸਿੰਘ ਬਾਦਲ ਦੋ ਸੀਟਾਂ ਤੋਂ ਖੜੇ ਹੋਗੇ ਸੀ ਇੱਕ ਗਿੱਦੜਪਾਹਾ ਤੋਂ ਤੇ ਦੂਸਰੀ ਮੋੜ ਤੋਂ ਦੋਨੇ ਆਪਣੀਆਂ ਸੀਟਾਂ ਹਾਰ ਗਏ ਤੇ ਤੀਸਰੇ ਤੀਸਰੇ ਨੰਬਰ ਤੇ ਆਏ ਤੇ ਜਦੋਂ ਸਨ 2012 ਚ ਇਦਾਂ ਹੋ ਗਿਆ ਤੇ ਫੇਰ ਕਹਿੰਦੇ ਮੈਂ ਤਾਂ ਹੌਸਲੇ ਚ ਕਹਿੰਦੇ ਕੋਈ ਗੱਲ ਨਹੀਂ ਸਨ 2014 ਦੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਆ ਲੈਣ ਦੋ ਤੇ ਮੈਂ ਉਦੋਂ ਤੁਸੀਂ ਦੇਖੋ ਲੋਕਾਂ ਨੂੰ ਫੇਰ ਆਪਣੇ ਨਾਲ ਲੈ ਆਉਂਗਾ ਸਨ 2014 ਦੀ ਲੋਕ ਸਭਾ ਫੇਰ ਮਨਪ੍ਰੀਤ ਸਿੰਘ ਬਾਦਲ ਹਾਰ ਜਾਂਦੇ ਆ ਹਰਸਿਮਰਤ ਕੌਰ ਬਾਦਲ ਤੋਂ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਇਸ ਵਿਅਕਤੀ ਦਾ ਜਿਹੜਾ ਸਫਰ ਆ ਇਸ ਕਰਕੇ ਅੱਜ ਹਾਸ਼ੀਏ ਤੇ ਪਹੁੰਚ ਗਿਆ ਇਸ ਵਿਅਕਤੀ ਜਿਹਦੀ ਸਿਆਸਤ ਆ ਉਹ ਹਾਸ਼ੀਏ ਤੇ ਜਾ ਚੁੱਕੀ ਐ ਇਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਸਹਾਰਾ ਲੈਣਾ ਪਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆਪਾਂ ਛੱਡਿਆ ਆਏ ਆ ਕਾਂਗਰਸ ਵੀ ਆਪਾਂ ਛੱਡਿਆ ਆਏ ਆ ਪੀਪਲਜ਼ ਪਾਰਟੀ ਆਫ ਪੰਜਾਬ ਦਾ ਜਿਹੜਾ ਤੁਹਾਡਾ ਐਕਸਪੈਰੀਮੈਂਟ ਸੀ ਉਹ ਕੋਈ ਕਾਮਯਾਬ ਨਹੀਂ ਹੋਇਆ ਤਜਰਬਾ ਕਾਮਯਾਬ ਨਹੀਂ ਹੋਇਆ ਤੇ ਹੁਣ ਰਹਿ ਕਿਹੜੀਆਂ ਗਈਆਂ ਪਾਰਟੀਆਂ ਆਮ ਆਦਮੀ ਪਾਰਟੀ ਨੇ ਆਪਾਂ ਨੂੰ ਲਿਆ ਨਹੀਂ ਤੁਹਾਨੂੰ ਯਾਦ ਹੋਣਾ ਉਹਨਾਂ ਦਿਨਾਂ ਦੇ ਵਿੱਚ ਇਹ ਵੀ ਪੌਖ ਖਬਰਾਂ ਸੀ ਕਿ ਸ਼ਾਇਦ ਆਮ ਆਦਮੀ ਆਗਮੀ ਪਾਰਟੀ ਜੁਆਇਨ ਕਰ ਲੈਣਾ ਕਿਉਂਕਿ ਆਮ ਆਦਮੀ ਪਾਰਟੀ ਕੋਲੇ ਵੀ ਲੀਡਰ ਦੀ ਲੋੜ ਸੀ ਪਰ ਉੱਥੇ ਬੈਠੇ ਸੀ ਭਗਵੰਤ ਮਾਨ ਭਗਵੰਤ ਮਾਨ ਜਿਹੜੇ ਇਹਨਾਂ ਦੇ ਕਿਸੇ ਵਕਤ ਖਾਸਮ ਖਾਸ ਹੁੰਦੇ ਸੀ ਅੱਜ ਕੱਲ ਮਨਪ੍ਰਿਤ ਬਾਦਲ ਦੇ ਕੱਟੜ ਵਿਰੋਧੀ ਆ ਤੇ ਉਹ ਕਿਵੇਂ ਇਹਨਾਂ ਨੂੰ ਆਨਲਾਈਨ ਦਿੰਦੇ ਇੱਕ ਤਾਂ ਉਹਨਾਂ ਦੀ ਆਪਣੀ ਪੋਜੀਸ਼ਨ ਖਰਾਬ ਹੋਣੀ ਸੀ ਦੂਸਰਾ ਉਹਨਾਂ ਦੀ ਪਾਰਟੀ ਨੂੰ ਖਰਾਬ ਕਰਨਾ ਸੀ ਇਸ ਕਰਕੇ ਇਹਨਾਂ ਕੋਲੇ ਕੇਵਲ ਤੇ ਕੇਵਲ ਭਾਰਤੀ ਜਨਤਾ ਪਾਰਟੀ ਦੀ ਰਾਹ ਬਚੀ ਸੀ ਹੋਰ ਤਾਂ ਰਾਹ ਹੀ ਸਾਰੀ ਖਤਮ ਹੋ ਗਈ ਸੀ ਪਰ ਗੱਲ ਇਹ ਆ ਕਿ ਜਿਹੜਾ ਵਿਅਕਤੀ ਲਗਭਗ 9 ਸਾਲ ਫਾਈਨੈਂਸ ਮਿਨਿਸਟਰ ਰਿਹਾ ਹੋਵੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਫਾਈਨੈਂਸ ਮਿਨਿਸਟਰ ਰਿਹਾ ਤੁਹਾਨੂੰ ਯਾਦ ਹੋਣਾ ਸਾਲ 2011 ਦੇ ਵਿੱਚ ਅਖੀਰਲੀ ਵਾਰੀ ਕੁਇਟ ਕੀਤਾ ਸੀ ਕਿਉਂਕਿ ਸਾਲ 2012 ਦੇ ਵਿੱਚ ਤਾਂ ਚੋਣਾਂ ਆ ਗਈਆਂ ਸੀ ਪਰ ਜਿਹੜੀ ਫਾਈਨੈਂਸ ਮਿਨਿਸਟਰੀ ਹੁੰਦੀ ਆ ਉਹ ਜੌਨ ਕੀਟਸ ਦੇ ਜਲਾਲੁਦੀਨ ਰੂਮੀ ਦੇ ਯਾ ਮਿਰਜ਼ਾ ਗਾਲਿਬ ਦੇ ਸ਼ੇਅਰਸ ਪਲਾਕੇ ਨਹੀਂ ਚਲਦੀ ਜੇ ਤੁਸੀਂ ਸ਼ੇਅਰ ਸੁਣਾਓਗੇ ਉਹ ਵੀ ਅਸੈਂਬਲੀ ਦੇ ਵਿੱਚ ਸ਼ੇਅਰ ਸੁਣਾ ਕੇ ਇਹ ਸੋਚੋਗੇ ਕਿ ਮੈਂ ਫਾਈਨਾਂਸ ਸੰਭਾਲ ਲੂੰਗਾ ਇਹ ਤਾਂ ਹੋਇਆ ਨਹੀਂ ਜੇ ਇਹ ਹਾਲਾਤ ਨਾ ਹੁੰਦੇ ਤੇ ਜਿਹੜਾ ਵਿਅਕਤੀ 9 ਸਾਲ ਫਾਈਨਾਂਸ ਮਿਨਿਸਟਰ ਰਿਹਾ ਹੋਵੇ ਉਹ ਘੱਟੋ-ਘੱਟ ਜੋ ਹਾਲਾਤ ਇਸ ਟਾਈਮ ਫਿਸਕਲ ਹਾਲਤ ਆ ਪੰਜਾਬ ਦੀ ਇੰਨੀ ਮਾੜੀ ਹਾਲਤ ਨਾ ਹੋਵੇ ਖੈਰ ਅੱਗੇ ਚੱਲਦੇ ਆ 18 ਜਨਵਰੀ ਤੋਂ ਬਾਅਦ ਬਾਅਦ ਜੁਆਇਨ ਕਰ ਲਈ ਪਰ ਤੁਹਾਨੂੰ ਮੈਂ ਇੱਥੇ ਇਹ ਜ਼ਰੂਰ ਦੱਸਦਾ ਕਿ ਭਾਜਪਾ ਦੇ ਵਿੱਚ ਜਿਸ ਤਰ੍ਹਾਂ ਦਾ ਵੈਲਕਮ ਮਨਪ੍ਰੀਤ ਸਿੰਘ ਬਾਦਲ ਦਾ ਹੋਣਾ ਚਾਹੀਦਾ ਸੀ ਉਸ ਤਰ੍ਹਾਂ ਦਾ ਹੋਇਆ ਨਹੀਂ ਕਿਉਂਕਿ ਇੱਥੋਂ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਪੁੱਛਿਆ ਹੀ ਨਹੀਂ ਗਿਆ ਉਹਨਾਂ ਨੂੰ ਕਿਸੇ ਤਰ੍ਹਾਂ ਭਰੋਸੇ 'ਚ ਹੀ ਨਹੀਂ ਲਿਆ ਗਿਆ ਕਿ ਕੀ ਅਸੀਂ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਲਈਏ ਕਿਉਂਕਿ ਲੀਡਰ ਤੇ ਲੀਡਰਸ਼ਿਪ ਦੇ ਵਿੱਚ ਜਦੋਂ ਭਾਜਪਾ ਦੇ ਲੀਡਰਸ ਨਾਲ ਮੇਰੀ ਗੱਲ ਹੁੰਦੀ ਆ ਤਾਂ ਉਹ ਕੋਈ ਬਹੁਤ ਜ਼ਿਆਦਾ ਏਸ ਦੇ ਪੱਖ ਦੇ ਵਿੱਚ ਨਹੀਂ ਸੀ ਇਸੇ ਕਰਕੇ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਜੁਆਇਨ ਕੀਤੀ ਸੀ ਭਾਜਪਾ ਤੇ तकरीबन ਤੇ ਗ੍ਰੀਵਨ ਭਾਜਪਾ ਚੁੱਪ ਕਰ ਗਈ ਸੀ ਬਲਕਿ ਸੁੰਨ ਹੋ ਗਈ ਸੀ ਬੋਲੇ ਹੀ ਨਹੀਂ ਸੀ ਕੁਝ ਇਹ ਹੀ ਹਾਲ ਸੁਨੀਲ ਜਾਖੜ ਪਿਛਲੇ ਦਿਨਾਂ ਦੇ ਵਿੱਚ ਆਏ ਆ ਕਾਂਗਰਸ ਤੋਂ ਉਦੋਂ ਵੀ ਇਹਨਾਂ ਨੂੰ ਕੋਈ ਵੈਲਕਮ ਥੋੜੀ ਅੰਦਰੋਂ ਕੀਤਾ ਜਾ ਰਿਹਾ ਸੀ ਉਹ ਤਾਂ ਆ ਗਏ ਸਿਰੇ ਦੀ ਜਿਹੜੀ ਸਿਖਰ ਦੀ ਲੀਡਰਸ਼ਿਪ ਆ ਟਾਪ ਲੀਡਰਸ਼ਿਪ ਨੇ ਇਹਨਾਂ ਨੂੰ ਥੋਪਤਾ ਉਤੋਂ ਆ ਗਏ ਇਸ ਕਰਕੇ ਇੱਥੇ ਬੈਠੇ ਆ ਖੈਰ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹਨਾਂ ਦਾ ਵੈਲਕਮ ਹੋ ਉਥੇ ਆ ਕਿਸ ਤਰ੍ਹਾਂ ਇਹ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਇਸ ਤੋਂ ਪਹਿਲਾਂ ਆਪਾਂ ਨੂੰ ਇਹ ਵੀ ਪਤਾ ਆ ਕਿ ਜਿਹੜੇ ਇਸ ਟਾਈਮ ਭਾਰਤੀ ਜਨਤਾ ਪਾਰਟੀ ਚ ਨੇ ਔਰ ਬਠਿੰਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਮੈਂ ਗੱਲ ਕਰ ਰਿਹਾ ਸਰੂਪ ਚੰਦ ਸਿੰਘਲਾ ਦੀ ਜਿਹੜੇ ਕਿਸੇ ਟਾਈਮ ਸ਼੍ਰੋਮਣੀ ਅਕਾਲੀ ਦਲ ਚ ਹੁੰਦੇ ਸੀ ਇਹਨਾਂ ਦੇ ਕਲੀਕ ਸੀ ਕਿਸੇ ਟਾਈਮ ਉਹਨਾਂ ਨੇ ਤਾਂ ਇਹਨਾਂ ਦੇ ਖਿਲਾਫ ਸ਼ਿਕਾਇਤ ਕੀਤੀ ਹੋਈ ਆ ਕਿ ਇਹਨਾਂ ਨੇ ਕਿਸ ਤਰ੍ਹਾਂ ਪਲਾਟ ਲੈ ਲਏ ਜਿੰਨਾ ਕਰਕੇ ਪਿਛਲੇ ਦਿਨਾਂ ਦੇ ਵਿੱਚ ਵਿਜੀਲੈਂਸ ਬਿਊਰੋ ਨੇ ਵੀ ਬੁਲਾਇਆ ਸੀ ਗ੍ਰਿਲਿੰਗ ਜਿਹੜੀ ਹੋਈ ਆ ਉਸ ਕਮਰਸ਼ੀਅਲ ਪਲਾਟ ਕਰਕੇ ਹੋਈ ਆ ਜਿਹੜਾ ਸਰੂਪ ਚੰਦ ਸਿੰਘਲਾ ਨੇ ਇਹ ਸ਼ਿਕਾਇਤ ਕੀਤੀ ਸੀ ਇਹ ਹੀ ਕੀਤੀ ਸੀ ਕਿ ਕਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਉਹਦਾ ਚੇਂਜ ਆਫ ਲੈਂਡ ਸੀਐਲਯੂ ਕਹਿੰਦੇ ਆ ਜਿਹਨੂੰ ਆਪਾਂ ਚੇਂਜ ਆਫ ਲੈਂਡ ਯੂਜ਼ ਕਰ ਲਿਆ ਆਪਣਾ ਇਨਫਲੂਐਂਸ ਵਰਤ ਕੇ ਤੇ ਕਿਸ ਤਰ੍ਹਾਂ ਫਿਰ ਉਹਨਾਂ ਪਲਾਟਸ ਦਾ ਇਹਨਾਂ ਨੇ ਆਪ ਹੀ ਉਹਨਾਂ ਨੂੰ ਖਰੀਦ ਲਿਆ ਬਹੁਤ ਘੱਟ ਰੇਟ ਤੇ ਜਿਸ ਕਰਕੇ ਸਰਕਾਰ ਨੂੰ ਮਾਲੀਆ ਦਾ ਬਹੁਤ ਨੁਕਸਾਨ ਹੋਇਆ ਰੈਵਨਿਊ ਦਾ ਬੜਾ ਨੁਕਸਾਨ ਹੋਇਆ ਇਹ ਉਹਨਾਂ ਦੇ ਦੋਸ਼ ਸੀ ਤੇ ਇਹਨਾਂ ਦੋਸ਼ਾਂ ਕਰਕੇ ਹੀ ਮਨਪ੍ਰੀਤ ਸਿੰਘ ਬਾਦਲ ਨੂੰ ਬੁਲਾਇਆ ਗਿਆ ਸੀ ਗ੍ਰਿਲਿੰਗ ਹੋਈ ਪੁੱਛਿਆ ਗਿਆ ਤੇ ਬਾਅਦ ਚ ਆ ਕੇ ਪ੍ਰੈਸ ਕਾਨਫਰੰਸ ਕਰਦੇ ਕਹਿੰਦੇ ਤਾਂ ਸਾਰੇ ਦੋਸ਼ ਜਿੰਨੇ ਨੇ ਇਹ ਸਾਰੇ ਝੂਠੇ ਨੇ ਇਹਨਾਂ ਵਿੱਚ ਤਾਂ ਕਿਸੇ ਤਰ੍ਹਾਂ ਦਾ ਕੋਈ दम ਹੀ ਨਹੀਂ ਹੈ ਤੇ ਮੈਂ ਆਉਣ ਵਾਲੇ ਦਿਨਾਂ 'ਚ ਦਿਖਾ ਦੂੰਗਾ ਮੇਰੇ ਤੇ ਜਿਹੜਾ ਫਾਈਨੈਂਸ਼ੀਅਲ ਇਮਪ੍ਰੋਪਰਾਈਟੀ ਇਸ ਸਟੇਜ ਤੇ ਬਣਾ ਰਿਹਾ ਹੈ ਦਰਸਲ ਮੈਂ ਤੁਹਾਡੇ ਜ਼ਰੀਏ ਭਗਵੰਤ ਮਾਨ ਨੂੰ ਮੇਰਾ ਸੁਨੇਹਾ ਕਿ ਭਗਵੰਤ ਨਾ ਤਾਂ ਮੈਂ ਤੇ ਤੁਹਾਡਾ ਡਰਦਾ ਤੇ ਨਾ ਮੈਂ ਤੇਰੀ ਵਿਜੀਲੈਂਸ ਤੋਂ ਡਰਦਾ ਪਰ ਭਗਵੰਤ ਮੈਂ ਤੈਨੂੰ ਨਸੀਹਤ ਵੀ ਕਰੂੰਗਾ ਕਿ ਜਿੰਨੀ ਤੇਰੀ ਹیثیت ਹੈ ਔਰ ਜਿੰਨੀ ਤੇਰੀ ਔਕਾਤ ਹੈ ਤੇਰੇ ਮਨ ਚ ਨਾ ਰਹਿ ਜਾ ਯਾਰ ਕਿ ਮੈਂ ਸੀਐਮ ਬਣਿਆ ਸੀ ਤੇ ਮੈਂ ਮਨਪ੍ਰੀਤ ਦਾ ਨੁਕਸਾਨ ਨਹੀਂ ਕਰ ਸਕਦਾ ਮੈਂ ਮਨਪ੍ਰੀਤ ਨੂੰ ਮੈਂ ਬਰਬਾਦ ਨਹੀਂ ਕਰ ਸਕਿਆ ਤੇ ਮੈਨੂੰ ਤੂੰ ਰਾਜਾ ਵਿڈنگ ਨਾ ਸਮਝ ਲਈ ਕਿ ਅੱਧੀ ਰਾਤ ਨੂੰ ਟੋਪੀ ਪਾ ਕੇ ਮਾਸਕ ਪਾ ਕੇ ਤੇ ਮੈਂ ਤੇਰੇ ਗੋਡੇ ਹੱਥ ਲਾ ਦੂੰਗਾ ਕਿ ਕਿ ਮੇਰੀ ਫਿਤਰਤ ਹੈ ਉਸ ਤੋਂ ਬਾਅਦ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਹਨਾਂ ਦਾ ਰਿਸਪੌਂਡ ਕਰਦੇ ਨੇ ਕਹਿੰਦੇ ਹੁਣ ਜੋ ਮਰਜ਼ੀ ਕਹੀ ਚੱਲੋ ਹੁਣ ਤਾਂ ਜਿਹੜਾ ਵਿਜੀਲੈਂਸ ਬੀਰੋ ਜਾਂ ਜਾਂਚ ਏਜੰਸੀ ਉਹੀ ਦੇਖੂਗੀ ਕਿ ਕਿੰਨਾ ਤੁਸੀਂ ਸੱਚ ਬੋਲਦੇ ਹੋ ਕਿੰਨਾ ਤੁਸੀਂ ਝੂਠ ਬੋਲਦੇ ਹੋ ਲੇਕਿਨ ਹਰ ਵਾਰੀ ਜਦੋਂ ਮਨਪ੍ਰੀਤ ਸਿੰਘ ਬਾਦਲ ਤੇ ਇਲਜ਼ਾਮ ਲੱਗਦੇ ਨੇ ਤੇ ਇਹ ਆਪਣੇ ਬ੍ਰਦਰ ਇਨ ਲਾ ਉਹਨਾਂ ਨੂੰ ਅੱਗੇ ਕਰ ਦਿੰਦੇ ਆ ਜੈਜੀਤ ਸਿੰਘ ਜੋਲ ਇਹ ਪਹਿਲੀ ਵਾਰੀ ਇਹ ਆ ਪ੍ਰੈਸ ਕਾਨਫਰੰਸ ਕੀਤੀ ਨਹੀਂ ਤਾਂ ਜੈਜੀਤ ਸਿੰਘ ਜੋਲ ਸਾਰੀਆਂ ਗੱਲਾਂ ਦਾ ਜਵਾਬ ਦਿੰਦੇ ਸੀ ਜਿਵੇਂ ਕਿ ਉਹ ਪਾਰਟੀ ਦੇ ਕੋਈ ਪ੍ਰਮੁੱਖ ਬੁਲਾਰੇ ਹੋਣ ਪਰ ਇਹਨਾਂ ਨੇ ਉਹਨਾਂ ਨੂੰ ਬੁਲਾਰੇ ਰੱਖ ਰੱਖਿਆ ਸੀ ਕਿਉਂਕਿ ਘਰ ਦੀ ਗੱਲ ਸੀ ਖੈਰ ਇਸ ਤੋਂ ਬਾਅਦ ਜਾ ਕੇ ਮਨਪ੍ਰੀਤ ਸਿੰਘ ਬਾਦਲ ਨੂੰ ਹੁਣ ਕਿਹੜੇ-ਕਿਹੜੇ ਸਵਾਲਾਂ ਦੇ ਜਵਾਬ ਦੇਣੇ ਪੈਣੇ ਆ ਉਹ ਤਾਂ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਦੇਖੋ ਔਰੇਟੋਰੀ ਸਕਿਲਸ ਇਹਨਾਂ ਦੇ ਬੋਲਣ ਦਾ ਅੰਦਾਜ਼ ਕਾਫੀ ਵਧੀਆ ਬੋਲਦੇ ਵਧੀਆ ਨੇ ਭਾਸ਼ਣ ਵਧੀਆ ਦਿੰਦੇ ਨੇ ਪਰ ਇੱਕ ਚੀਜ਼ ਤੁਸੀਂ ਦੇਖੋ ਮਨਪ੍ਰੀਤ ਸਿੰਘ ਬਾਦਲ ਦੇਖੋ ਇਹ ਬੋਲਦੇ ਬਹੁਤ ਵਧੀਆ ਨੇ ਇਹਨਾਂ ਦੀਆਂ ਜਿਹੜੀਆਂ ਔਰੇਟੋਰੀ ਸਕਿਲਸ ਆ ਉਹ ਬਹੁਤ ਵਧੀਆ ਨੇ ਇਹਦੇ ਵਿੱਚ ਕੋਈ ਦੂਰਾਵਾਂ ਨਹੀਂ ਕਾਠ ਨੂੰ ਕਿਸ ਤਰ੍ਹਾਂ ਮੰਤਰ ਮੁਕਤ ਕਰਨਾ ਕੀਲਣਾ ਕਿਸ ਤਰ੍ਹਾਂ ਆਪਣੇ ਸ਼ਬਦਾਂ ਦੇ ਨਾਲ ਉਹ ਇਹਨਾਂ ਨੂੰ ਆਉਂਦਾ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈ ਪਰ ਨਾਲ ਦੇ ਨਾਲ ਤੁਸੀਂ ਦੇਖੋ ਇਹ ਕਦੇ ਮਾਸ ਲੀਡਰ ਨਹੀਂ ਬਣ ਸਕੇ ਜਿਹੜੇ ਮਾਸ ਲੀਡਰਸ ਹੁੰਦੇ ਆ ਉਹਨਾਂ ਦਾ ਸਿਆਸਤ ਦਾ ਜਲਵਾ ਬਿਲਕੁਲ ਵੱਖਰਾ ਹੁੰਦਾ ਜਾਨਕਿ ਜਿਹੜੇ ਕਿ ਜਨਤਾ ਦੇ ਲੀਡਰ ਹੁੰਦੇ ਨੇ ਜਨਤਾ ਦੇ ਨੁਮਾਇੰਦੇ ਹੁੰਦੇ ਨੇ ਇਲੈਕਸ਼ਨਾਂ ਜਿੱਤਨੀ ਆਪਣੀ ਜਗ੍ਹਾ ਤੇ ਇੱਕ ਹੋਰ ਗੱਲ ਆ ਤੇ ਨਾ ਹੀ ਕੋਈ ਆਪਣਾ ਪੋਲੀਟੀਕਲ ਦੋਸਤ ਬਣਾ ਸਕੇ ਕਿ ਜਿਹੜੇ ਕਿਸੇ ਪਿੱਛੇ ਖੜ ਸਕਦੇ ਹੋਣ ਜਾਂ ਇਹਨਾਂ ਨੇ ਕਿਸੇ ਪਿੱਛੇ ਖੜਿਆ ਹੋਵੇ ਜਾਂ ਕਿਸੇ ਨੂੰ ਸਪੋਰਟ ਕੀਤਾ ਹੋਵੇ ਕਿਸੇ ਪਿੱਛੇ ਕੋਈ ਸਟੈਂਡ ਲੈਂਦਾ ਹੋਵੇ ਇਹ ਵੀ ਗੱਲ ਇਹਨਾਂ ਬਾਰੇ ਜਾਣੀ ਨਹੀਂ ਜਾਂਦੀ ਇਸ ਤੋਂ ਇਲਾਵਾ ਤੁਸੀਂ ਦੇਖੋ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਇਲਜ਼ਾਮ ਲੱਗ ਰਹੇ ਨੇ ਉਹ ਆਪਣੇ ਆਪ ਦੇ ਵਿੱਚ ਬੜੇ ਵੱਖਰੇ ਨੇ ਇਹ 1254 ਸਕਰ ਮੀਟਰ ਦੇ ਪਲਾਟ ਦੀ ਤਾਂ ਚਲੋ ਠੀਕ ਆ ਇਹ ਗੱਲ ਚੱਲ ਹੀ ਰਹੀ ਆ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕੀ ਸਚਾਈ ਆ ਪਰ ਇਸ ਤੋਂ ਇਲਾਵਾ ਵੀ ਤੁਸੀਂ ਦੇਖੋ 47 ਨੰਬਰ ਘਰ 'ਚ ਇਹ ਮਨਪ੍ਰੀਤ ਸਿੰਘ ਬਾਦਲ ਰਹਿੰਦੇ ਹੁੰਦੇ ਸੀ ਤੇ ਉੱਥੋਂ ਫਰਨੀਚਰ ਗਾਇਬ ਹੋ ਗਿਆ ਸੀ ਪੀ ਡਬਲਯੂ ਡੀ ਪਬਲਿਕ ਵਰਕਸ ਡਿਪਾਰਟਮੈਂਟ ਉਹਨਾਂ ਨੇ ਨੋਟਿਸ ਕੱਟਤਾ ਕੱਲੇ ਇਹਨਾਂ ਨੂੰ ਨਹੀਂ ਸੀ ਕੱਢਿਆ ਇਹਨਾਂ ਦੇ ਉਸ ਵਕਤ ਦੇ ਕਲੀਗ ਗੁਰਪ੍ਰੀਤ ਸਿੰਘ ਕਾਂਗੜ ਉਹ ਵੀ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ ਇਹਨਾਂ ਦੋਨਾਂ ਨੂੰ ਨੋਟਿਸ ਕੱਟਦੇ ਸੀ ਕਹਿੰਦੇ ਦੇਖੋ ਮਨਪ੍ਰੀਤ ਸਿੰਘ ਬਾਦਲ ਦੀ ਜਿਹੜਾ 47 ਨੰਬਰ ਘਰ ਆ ਜਿੱਥੇ ਰਹਿੰਦੇ ਸੀ ਬਤੌਰ ਫਾਈਨੈਂਸ ਮਿਨਿਸਟਰ ਉਥੋਂ ਡਾਈਨਿੰਗ ਟੇਬਲ ਗਾਇਬ ਆ ਉਥੇ ਜਿਹੜੀਆਂ ਡਾਈਨਿੰਗ ਟੇਬਲ ਦੀਆਂ 10 ਕੁਰਸੀਆਂ ਉਹ ਵੀ ਹੈ ਨਹੀਂ ਇਸ ਤੋਂ ਇਲਾਵਾ ਜਿਹੜੀ ਉਥੇ ਸਰਵਿਸ trolly ਹੁੰਦੀ ਆ ਉਹ ਵੀ ਹੈ ਨਹੀਂ ਇੱਕ ਰਿਕਲਾਈਨਿੰਗ ਸੋਫਾ ਹੁੰਦਾ ਜਿਹਦੇ 'ਤੇ ਬੈਠ ਕੇ ਜਿਹਦੇ ਉੱਤੇ ਬੈਠ ਕੇ ਲੋਕ ਆਰਾਮ ਕਰਦੇ ਨੇ ਕਹਿੰਦੇ ਉਹ ਵੀ ਹੈ ਨਹੀਂ ਇਹ ਸਾਰਾ ਕੁਝ ਜਦੋਂ ਗਾਇਬ ਹੋ ਗਿਆ ਤੇ ਨੋਟਿਸ ਕਰਤਾ ਫਿਰ ਫਟਾਫਟ 1,84,000 ਰੁਪਏ ਦਾ ਚੈੱਕ ਦਿੱਤਾ ਗਿਆ ਦੱਸਿਆ ਗਿਆ ਕਹਿੰਦੇ ਇਹ ਤਾਂ ਐਵੇਂ ਹੀ ਤੋਂ ਮਿੱਟੀ ਨਾ ਪਰੇ ਹੋਏ ਸੀ ਅਸੀਂ ਤਾਂ ਇਹਨਾਂ ਨੂੰ ਸਾਫ਼-ਸੂਫ਼ ਕਰਕੇ ਯੂਜ਼ ਕੀਤਾ ਆ ਲਓ ਚੈੱਕ ਲੈ ਲਓ ਚੈੱਕ ਦਿੱਤਾ ਗਿਆ ਫੇਰ ਜਾ ਕੇ ਇਹਨਾਂ ਨੂੰ ਨੋ ਡਿਊਜ਼ ਦਾ ਸਰਟੀਫਿਕੇਟ ਮਿਲਿਆ ਕਿ ਇਹਨਾਂ ਦੇ ਸਾਰੇ ਡਿਊਜ਼ ਕਲੀਅਰ ਨੇ ਤੇ ਫੇਰ ਇਹ ਸਾਰਾ ਕੁਝ ਅੱਗੇ ਵਧਿਆ ਤੇ ਤੁਸੀਂ ਉਹ ਵੀ ਕੰਟਰੋਵਰਸੀ ਇਹਨਾਂ ਦਾ ਉਹ ਵੀ ਵਿਵਾਦ ਯਾਦ ਕਰੋ ਜਦੋਂ ਪੰਜਾਬ એનર્ਜੀ ਡਿਵੈਲਪਮੈਂਟ ਏਜੰਸੀ ਪੀਡਾ ਜੀ ਨੂੰ ਕਹਿੰਦੇ ਆ ਇਲੈਕਸ਼ਨਜ਼ ਦੇ ਦੌਰਾਨ ਇਹਨਾਂ ਨੇ ਸੋਲਰ ਪੈਨਲ ਲਵਾਉਣੇ ਸ਼ੁਰੂ ਕਰਤੇ ਸੀ ਮਨਪ੍ਰੀਤ ਸਿੰਘ ਬਾਦਲ ਨੇ ਔਰ ਬਣੇ ਤਾਂ ਸੀ ਉਹ ਸੋਲਰ ਪੈਨਲ ਤਾਂ ਜਿਹੜੀ ਸਕੀਮ ਇਹ ਲੈ ਕੇ ਆਏ ਸੀ ਲਗਭਗ 100 ਕਰੋੜ ਦਾ ਉਹ ਪ੍ਰੋਜੈਕਟ ਸੀ ਜਿਹੜੇ ਲੋਕ ਗਰੀਬ ਨੇ ਜਿਨ੍ਹਾਂ ਲੋਕਾਂ ਕੋਲ ਇੰਨੀ ਸਮਰੱਥਾ ਨਹੀਂ ਹੈ ਜਿਹੜੇ ਖਾਸ ਤੌਰ ਤੇ ਪਿਛੜੇ ਤਬਕੇ ਤੋਂ ਆਉਂਦੇ ਨੇ ਉਹਨਾਂ ਲਈ ਬਣੇ ਸੀ ਇਹਨਾਂ ਨੇ ਜਿਹੜੇ ਆਪਣੇ ਖਾਸ ਜਾਂ ਇਹਨਾਂ ਦੇ ਬਹੁਤ ਨੇੜੇ ਵਿਅਕਤੀ ਸੀ ਚਾਹੇ ਉਹ ਕਿਸੇ ਵੀ ਤਪਕੇ ਦੀ ਸੀ ਉਹਨਾਂ ਦੇ ਲਵਾਉਣੇ ਸ਼ੁਰੂ ਕਰਤੇ ਇਲੈਕਸ਼ਨ ਕਮਿਸ਼ਨ ਨੂੰ ਉਸ ਵਕਤ ਸਾਲ 2022 ਦੇ ਵਿੱਚ ਜੋ ਚੋਣਾਂ ਹਜੇ ਡਿਕਲੇਅਰ ਹੋ ਗਈਆਂ ਸੀ ਮਾਡਲ ਕੋਡ ਆਫ ਕੰਡਕਟ ਲੱਗ ਗਿਆ ਸੀ ਸ਼ਿਕਾਇਤ ਹੁੰਦੀ ਹੈ ਤੇ ਫਿਰ ਇਲੈਕਸ਼ਨ ਕਮਿਸ਼ਨ ਬੰਦ ਕਰਾਉਂਦਾ ਕਹਿੰਦੇ ਨਹੀਂ ਤੇ ਅੱਜ ਵੀ ਇਹਦੀ ਜਾਂਚ ਚੱਲ ਰਹੀ ਹੈ ਇਸ ਤੋਂ ਇਲਾਵਾ ਤੁਸੀਂ ਇੱਕ ਚੀਜ਼ ਹੋਰ ਯਾਦ ਕਰੋ ਸਰੂਪ ਚੰਦ ਸਿੰਘਲਾ ਦੀ ਇੱਕ ਸ਼ਿਕਾਇਤ ਨਹੀਂ ਆ ਇੱਕ ਸ਼ਿਕਾਇਤ ਹੋਰ ਆ ਸਰੂਪ ਚੰਦ ਸਿੰਘਲਾ ਦੀ ਉਹ ਹੈ ਫੂਡ ਗ੍ਰੇਨਸ ਨੂੰ ਲੈ ਕੇ ਅਨਾਜ ਦੀ ਟੁਆ ਟੁਆਈ ਨੂੰ ਲੈ ਕੇ ਵੀ ਉਹਨਾਂ ਨੇ ਇਲਜ਼ਾਮ ਲਾਏ ਹੋਇਆ ਉਹ ਸ਼ਿਕਾਇਤ ਹਜੇ ਪੰਜਾਬ ਵਿਜੀਲੈਂਸ ਬਿਊਰੋ ਕੋਲੇ ਪੈਂਡਿੰਗ ਆ ਉਸ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਕਦੋਂ ਬੁਲਾਇਆ ਜਾਂਦਾ ਉਹ ਆਉਣ ਵਾਲਾ ਸਮਾਂ ਦੱਸੂਗਾ ਪਰ ਜਿਹੜੀ ਇਹ ਸਿਆਸਤ ਆ ਅੱਜ ਤੱਕ ਤਾਂ ਲੁਕ-ਲੁਕ ਕੇ ਕਰ ਲਈ ਜਾਂ ਪਾਰਟੀਆਂ ਦੇ ਅਹੁਦੇ ਲੈ ਕੇ ਕਰ ਲਈ ਜਾਂ ਮੰਤਰੀ ਬਣ ਕੇ ਲੈ ਕੇ ਕਰ ਲਈ ਪਰ ਹੁਣ ਜਿਹੜੀ ਸਿਆਸਤ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹ ਇੰਨੀ ਸੌਖੀ ਨਹੀਂ ਆ ਔਰ ਜਿਸ ਤਰ੍ਹਾਂ ਦੇ ਮੈਂ ਦੇਖਿਆ ਇਸ ਟਾਈਮ ਮਾਹੌਲ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਖਾਸ ਤੌਰ ਤੇ ਜਿਹੜਾ ਸਟੇਟ ਯੂਨਿਟ ਆ ਉਹ ਕੋਈ ਮਨਪ੍ਰੀਤ ਬਾਦਲ ਤੋਂ ਬਹੁਤ ਜ਼ਿਆਦਾ ਖੁਸ਼ ਨਹੀਂ ਆ ਬਲਕਿ ਨਿਰਾਸ਼ਗੀ ਆ ਕਿ ਇਸ ਵਿਅਕਤੀ ਜਿਹੜਾ ਬਾਰ ਬਾਰ ਪਾਰਟੀਆਂ ਬਦਲਦਾ ਕੀ ਇਹ ਭਾਰਤੀ ਜਨਤਾ ਪਾਰਟੀ ਦਾ ਵਫਾਦਾਰ ਹੋ ਜਾਊਗਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿੰਨੀ ਕੀ ਦੇਰ ਤੱਕ ਰਹੂਗਾ ਜਿਹੜਾ ਵਿਅਕਤੀ ਜਦੋਂ ਕੋਈ ਅਹੁਦਾ ਨਹੀਂ ਮਿਲਦਾ ਜਾਂ ਉਹਨੂੰ ਇਹ ਲੱਗਦਾ ਤੁਸੀਂ ਵੈਸੇ ਯਾਦ ਕਰੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਇਸ ਕਰਕੇ ਰਿਜ਼ਾਈਨ ਕੀਤਾ ਸੀ ਮਨਪ੍ਰੀਤ ਸਿੰਘ ਬਾਦਲ ਨੇ ਕਹਿੰਦੇ ਦੇਖੋ ਜੀ ਮੈਨੂੰ ਇਹ ਫਾਈਨਾਂਸਸ ਚੰਗੀ ਤਰ੍ਹਾਂ ਹੈਂਡਲ ਨਹੀਂ ਕਰਨ ਦਿੰਦੇ ਸਬਸਿਡੀਆਂ ਜਾਈ ਜਾਂਦੇ ਆ ਲੋਕਾਂ ਨੂੰ ਵੈਲਫੇਅਰ ਸਕੀਮਸ ਜਾਈ ਜਾਂਦੇ ਆ ਪੰਜਾਬ ਦਾ ਤਾਂ ਖਰਚਾ ਹੀ ਬਹੁਤ ਹੋ ਰਿਹਾ ਤੇ ਬਾਅਦ ਚ ਆ ਕੇ ਕਾਂਗਰਸ ਦੇ ਵਿੱਚ ਜਦੋਂ ਫਾਈਨਾਂਸ ਮਿਨਿਸਟਰ ਬਣੇ ਨੇ ਤੇ ਫਿਰ ਕੀ ਕੀਤਾ ਫਿਰ ਵੀ ਤਾਂ ਇਹੀ ਕੁਝ ਕੀਤਾ ਨਾ ਕਹਿਣ ਦਾ ਮਤਲਬ ਜਾਂ ਤਾਂ ਜਿਹੜਾ ਪਹਿਲਾਂ ਤੁਸੀਂ ਕਹਿ ਕਰ ਰਹੇ ਸੀ ਉਹ ਠੀਕ ਨਹੀਂ ਸੀ ਜਾਂ ਤੁਸੀਂ ਜਿਹੜਾ ਬਾਅਦ ਚ ਕੀਤਾ ਉਹ ਠੀਕ ਨਹੀਂ ਹੈ ਦੋਨੇ ਗੱਲਾਂ ਤਾਂ ਸੱਚ ਹੋ ਨਹੀਂ ਸਕਦੀਆਂ ਸੋ ਹੁਣ ਦੇਖਦੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦਾ ਸਫ਼ਰ ਕਿੰਨੀ ਕੁ ਦਿਰ ਜਾਰੀ ਰਹਿੰਦਾ ਤੇ ਵਿਜੀਲੈਂਸ ਬਿਊਰੋ ਦੀਆਂ ਜਿਹੜੀਆਂ ਇਨਕੁਆਰੀਆਂ ਇੱਕ ਤਾਂ ਸ਼ੁਰੂ ਹੋ ਗਈ ਐ ਇੱਕ ਵਿੱਚ ਤਾਂ ਬੁਲਾ ਲਿਆ ਤੇ ਜਿਹੜੀ ਦੂਸਰੀ ਆ ਹਜੇ ਵੀ ਪੈਂਡਿੰਗ ਆ ਸ਼ਿਕਾਇਤ ਉਸ ਵਿੱਚ ਮਨਪ੍ਰੀਤ ਬਾਦਲ ਨੂੰ ਕਦੋਂ ਬੁਲਾਇਆ ਜਾਂਦਾ ਕਦੋਂ ਗ੍ਰਿਲਿੰਗ ਹੁੰਦੀ ਆ ਤੇ ਕੀ ਜਵਾਬ ਇਹ ਪੰਜਾਬ ਸਰਕਾਰ ਨੂੰ ਦਿੰਦੇ ਨੇ 21 ਮੈਂਬਰੀ ਡੈਲੀਗੇਸ਼ਨ ਵਿਰੋਧੀ ਪਾਰਟੀਆਂ ਦਾ ਇੰਡੀਆ ਜਿਹਦਾ ਅੱਜਕੱਲ ਨਾਮ ਰੱਖਿਆ ਹੋਇਆ ਇਹ ਸਿਨਚਰ ਤੇ ਬੀਤੇ ਐਤਵਾਰ ਨੂੰ ਦੋ ਦਿਨਾਂ ਦਾ ਮਨੀਪੁਰ ਦਾ ਦੌਰਾ ਕਰਨ ਜਾਂਦਾ ਸਾਰੇ ਐਮਪੀਜ਼ ਜਾਂਦੇ ਨੇ ਮੈਂਬਰ ਪਾਰਲੀਮੈਂਟ ਜਿਹੜੇ ਕੁਝ ਲੋਕ ਸਭਾ ਦੇ ਸੀ ਕੁਝ ਰਾਜ ਸਭਾ ਦੇ ਸੀ ਤੇ ਜਿਹੜਾ ਨਵਾਂ ਅਲਾਈਅੰਸ ਬਣਿਆ ਇਹਦੇ ਨਾਲੇ ਸਬੰਧਿਤ ਆ ਉੱਥੇ ਜਦੋਂ ਇਹ ਦੌਰਾ ਕਰਕੇ ਆਉਂਦੇ ਨੇ ਸਾਰੇ ਹਾਲਾਤ ਦੇਖਦੇ ਨੇ ਇਹ ਇੱਕ ਤਾਂ ਜਾਂਦੇ ਨੇ ਉੱਥੋਂ ਦੇ ਗਵਰਨਰ ਜਿਹੜੇ ਮਨੀਪੁਰ ਦੇ ਗਵਰਨਰ ਨੇ ਅਨਸੂਇਆ ਉਈਕੇ ਉਹਨੂੰ ਮਿਲਦੇ ਨੇ ਤੇ ਉਸ ਗਵਰਨਰ ਨੂੰ ਅਪੀਲ ਕਰਦੇ ਨੇ ਕਿ ਜਿਹੜੇ ਹਾਲਾਤ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਨਾਰਮਲ ਕੀਤਾ ਜਾਵੇ ਆਮ ਵਰਗੇ ਬਣਾਇਆ ਜਾਵੇ ਲੋਕਾਂ ਨੂੰ ਮਹਿਫੂਜ਼ ਫੀਲ ਕਰਵਾਇਆ ਜਾਵੇ ਸੁਰੱਖਿਅਤ ਮਹਿਸੂਸ ਕਰਵਾਇਆ ਜਾਵੇ ਇਹ ਗੱਲਾਂ ਤਾਂ ਉਹਨਾਂ ਨੇ ਕਹੀਆਂ ਪਰ ਜਿਹੜੀ ਉਹਨਾਂ ਨੇ ਇੱਕ ਬਹੁਤ ਗੰਭੀਰ ਗੱਲ ਕਹੀ ਆ ਉਹ ਇਹ ਕਹੀ ਆ ਇਸ ਡੈਲੀਗੇਸ਼ਨ ਨੇ ਕਿ ਅਸੀਂ ਰਾਹਤ ਕੈਂਪਾਂ ਦੇ ਵਿੱਚ ਵੀ ਗਏ ਸੀ ਔਰ ਇਹਨਾਂ ਨੇ ਉੱਥੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਲਗਭਗ 150 ਦੇ ਕਰੀਬ ਮੌਤਾ ਹੋ ਗਏ ਨੇ 500 ਦੇ ਕਰੀਬ ਜਿਹੜੇ ਲੋਕ ਨੇ ਜ਼ਖਮੀ ਹੋ ਗਏ ਨੇ ਔਰ ਇਸ ਦੌਰਾਨ ਕਿਸ ਤਰ੍ਹਾਂ 60000 ਜਿਹੜੇ ਲੋਕ ਨੇ ਉਹ ਬੇਕਾਰ ਹੋ ਗਏ ਨੇ ਇਹ ਵੀ ਗੱਲ ਉਹਨਾਂ ਨੇ ਦੱਸੀ ਆ ਤਾਂ ਇਸ ਦੌਰਾਨ ਉਹਨਾਂ ਨੇ ਇੱਕ ਗੱਲ ਹੋਰ ਵੀ ਦੱਸੀ ਆ ਉਹ ਇਹ ਕਿ ਜਿਹੜੇ ਰਾਹਤ ਕੈਂਪ ਨੇ ਜਿਹੜੇ ਰਿਲੀਫ ਕੈਂਪਸ ਲਾਏ ਗਏ ਨੇ ਉਹਨਾਂ ਦੇ ਵਿੱਚ ਬੁਨਿਆਦੀ ਸਹੂਲਤਾਂ ਹੀ ਨਹੀਂ ਆ ਲੋਕਾਂ ਲਈ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਉਹਨਾਂ ਨੇ ਸਰਕਾਰ ਨੂੰ آگਾਹ ਕੀਤਾ ਦੇ ਕੋ ਕੱਲੇ ਰਾਹਤ ਕੈਂਪ ਲਾ ਦੇਣੇ ਰਲੀਫ ਕੈਂਪਸ ਲਾ ਦੇਣੇ ਕਿ ਇੱਥੇ ਲੋਕਾਂ ਨੂੰ ਲੈ ਆਓ ਤੇ ਇਹਨਾਂ ਦੀ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਮਦਦ ਕਰੋ ਜਿਹੜੀਆਂ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਦੋ ਤੇ ਜਦੋਂ ਉਹਨਾਂ ਨੂੰ ਨਹੀਂ ਮਿਲਦੀਆਂ ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾਓ ਇਹ ਜਿਹੜੀ ਸਰਕਾਰ ਹੁਣ ਕਹਿੰਦੀ ਸੀ ਸੁਪਰੀਮ ਕੋਰਟ ਦੀ ਦਖਲ ਦੇ ਬਾਵਜੂਦ ਵੀ ਹਜੇ ਤੱਕ ਜੇ ਹਾਲਾਤ ਨਾਰਮਲ ਨਹੀਂ ਹੋ ਰਹੇ ਤੇ ਫਿਰ ਇਹ ਮੈਨੂੰ ਲੱਗਦਾ ਚਿੰਤਾ ਦਾ ਵਿਸ਼ਾ ਦੂਸਰੇ ਪਾਸੇ ਪਾਰਲੀਮੈਂਟ ਦੇ ਵਿੱਚ ਤਾਂ ਬਹਿਸ ਹੋ ਹੀ ਨਹੀਂ ਰਹੀ ਉਹ ਤਾਂ ਆਪਾਂ ਨੂੰ ਪਤਾ ਪਰ ਨਾਲ ਦੀ ਨਾਲ ਜੇ ਔਰਤਾਂ ਦੀ ਗੱਲ ਆਉਂਦੀ ਹੈ ਦੇਖੋ ਇਹ ਸਰਕਾਰ ਆ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਇਹ ਬਹੁਤ ਕਹਿੰਦੀ ਹੈ ਬੇਟੀ ਪੜ੍ਹਾਓ ਬੇਟੀ ਬਚਾਓ ਅਕਸਰ ਜੀ ਅਸੀਂ ਔਰਤਾਂ ਦੀ ਸੁਰੱਖਿਆ ਦੀ ਗੱਲ ਕਰਦੇ ਆ ਉਹਨਾਂ ਨੂੰ ਅਸੀਂ ਮਹਫੂਜ਼ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਸਿਕਿਉਰਿਟੀ ਦੇਣਾ ਚਾਹੁੰਦੇ ਆ ਪਰ ਜਿਹੜਾ ਹੁਣ ਇੱਕ ਅੰਕੜਾ ਆਇਆ ਉਸ ਅੰਕੜੇ ਨੇ ਮੈਨੂੰ ਨਹੀਂ ਲੱਗਦਾ ਜੇ ਕਿਸੇ ਭਾਰਤੀ ਨੂੰ ਇਹ ਗੱਲ ਪਤਾ ਲੱਗੂਗੀ ਉਹ ਕਿਸੇ ਤਰ੍ਹਾਂ ਪਰੇਸ਼ਾਨ ਹੋਏ ਤੋਂ ਬਗੈਰ ਰਹਿ ਸਕਦਾ ਹਲਾ ਕੇ ਰੱਖ ਦਿੰਦੇ ਨੇ ਇਹ ਅੰਕੜੇ ਔਰ ਇਹ ਕੱਲੇ ਅੰਕੜੇ ਨਹੀਂ ਤੁਸੀਂ ਉਹਨਾਂ ਬਾਰੇ ਜ਼ਰੂਰ ਸੋਚਿਓ ਜਿਨ੍ਹਾਂ ਦਾ ਨਾਂ ਇਹਨਾਂ ਵਿੱਚ ਹੋਏਗਾ ਕਿ ਇਹ ਲੋਕ ਜਿਹੜੇ ਮਿਸਿੰਗ ਨੇ ਔਰਤਾਂ ਕੁੜੀਆਂ ਮਿਸਿੰਗ ਨੇ ਇਹ ਗਈਆਂ ਕਿੱਥੇ ਕਿਹੜੇ ਹਾਲਾਤਾਂ 'ਚ ਰਹਿ ਰਹੀਆਂ ਨੇ ਕਿਹੜੇ ਹਾਲਾਤਾਂ 'ਚ ਇਹ ਗਾਇਬ ਹੋਈਆਂ ਨੇ ਵੈਸੇ ਨੈਸ਼ਨਲ ਕ੍ਰਾਈਮ ਰੈਕੋਰਡ ਬੀਰੋ ਆਹੇ ਐਨ ਸੀ ਆਰ ਬੀ ਤੇ ਮਿਨਿਸਟਰੀ ਆਫ ਹੋਮ ਅਫੇਅਰਸ ਗ੍ਰੈਬ ਵਿਭਾਗ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਇਹ ਅੰਕੜਾ ਪੇਸ਼ ਕੀਤਾ ਔਰ ਦੱਸਿਆ ਕਿ ਸਨ 2019 ਸਨ 2020 ਤੇ ਸਨ 2021 ਦੇ ਦੌਰਾਨ 3 ਸਾਲਾਂ ਦੇ ਦੌਰਾਨ ਪੂਰੇ ਭਾਰਤ ਦੇ ਵਿੱਚੋਂ 13 ਲੱਖ ਤੇ 13000 ਔਰਤਾਂ ਗਾਇਬ ਹੋ ਗਈਆਂ ਨੇ ਔਰਤਾਂ ਵੀ ਆ ਕੁੜੀਆਂ ਵੀ ਨੇ ਕਿਉਂਕਿ ਔਰਤਾਂ ਜਿਹੜੀਆਂ 18 ਸਾਲ ਤੋਂ ਉੱਪਰ ਨੇ ਤੇ 18 ਸਾਲ ਤੋਂ ਥੱਲੇ ਤੁਸੀਂ ਉਹਨਾਂ ਨੂੰ ਕੁੜੀਆਂ ਬੱਚਿਆਂ ਜੋ ਮਰਜ਼ੀ ਕਹਿ ਲਓ ਉਹ ਗਾਇਬ ਨੇ ਤੇ ਇਹ ਅੰਕੜਾ ਇੰਨਾ ਵੱਡਾ ਆਉਣਾ ਲੱਖਾਂ ਦੀ ਤਦਾਦ ਦੇ ਵਿੱਚ ਔਰਤਾਂ ਦਾ ਗਾਇਬ ਹੋ ਜਾਣਾ ਕੀ ਇਹ ਕੋਈ ਮਾਮੂਲੀ ਗੱਲ ਆ ਕੀ ਇਹ ਇੱਕ ਆਮ ਗੱਲ ਆ ਇਹ ਕੋਈ ਸਧਾਰਨ ਗੱਲ ਤਾਂ ਹੋ ਨਹੀਂ ਸਕਦੀ ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ ਸਨ 2021 ਦੇ ਵਿੱਚ ਹੀ ਇਕੱਲੇ 375658 ਇਹ ਜਿਹੜੀਆਂ ਔਰਤਾਂ ਸੀ 18 ਸਾਲਾਂ ਤੋਂ ਉੱਪਰ ਇਹ ਗਾਇਬ ਹੋ ਗਈਆਂ ਪੂਰੇ ਭਾਰਤ ਚੋਂ ਮੈਂ ਇੱਕ ਸਾਲ ਦੀ ਗੱਲ ਕਰ ਰਿਹਾ ਤੇ 90113 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਗਾਇਬ ਹੋ ਗਈਆਂ ਔਰ ਸਭ ਤੋਂ ਵੱਧ ਜਿਹੜੀਆਂ ਹੋਈਆਂ ਨੇ ਉਹ ਦੇਖੋ ਮੱਧ ਪ੍ਰਦੇਸ਼ ਚੋਂ ਹੋਈਆਂ ਨੇ ਮੱਧ ਪ੍ਰਦੇਸ਼ ਜਿੱਥੇ ਚੋਣਾ ਹੋਣ ਜਾ ਰਹੀਆਂ ਨੇ Shivraj Singh Chouhan ਇੱਥੇ 18 ਸਾਲ ਤੋਂ ਮੁੱਖ ਮੰਤਰੀ ਆ ਤੇ ਕੀ ਇਸ ਗੱਲ ਦਾ ਜਵਾਬ ਦੇਣਗੇ ਤੇ ਜੇ ਭਾਰਤੀ ਜਨਤਾ ਪਾਰਟੀ ਨੂੰ ਪੁੱਛੋਗੇ ਉਹ ਮੱਧ ਪ੍ਰਦੇਸ਼ ਦੀ ਗੱਲ ਨਹੀਂ ਕਰਨਗੇ ਉਹ ਫੇਰ ਕਹਿੰਗੇ ਰਾਜਸਥਾਨ ਚੱਲੋ ਜੀ ਛੱਤੀਸਗੜ੍ਹ ਚੱਲੋ ਜੀ ਇਹ ਜਿਹੜੀ ਵਾਟ ਅਬਾਊਟਰੀ ਆ ਕਿ ਮੇਰਾ ਨਾ ਪੁੱਛੋ ਆਪਣਾ ਪਹਿਲਾਂ ਦੱਸੋ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਆ ਤੁਸੀਂ ਦੇਖੋ ਮੱਧ ਪ੍ਰਦੇਸ਼ ਦੇ ਵਿੱਚੋਂ ਇਨ੍ਹਾਂ 3 ਸਾਲਾਂ ਦੇ ਦੌਰਾਨ 1,60,180 ਔਰਤਾਂ ਗਾਇਬ ਹੋ ਗਈਆਂ ਨੇ ਤੇ 38234 ਕੁੜੀਆਂ ਤੇ ਤੁਸੀਂ ਆਪ ਅੰਦਾਜ਼ਾ ਲਾਓ ਕਿ ਕੀ ਇਹਨਾਂ ਦੀ ਜਿਹੜੀ ਪੁਲਿਸ ਆ ਉਹ ਨਕਾਰਾ ਹੋ ਚੁੱਕੀ ਆ ਜਾਂਚ ਏਜੰਸੀਆਂ ਕਿਸੇ ਹੋਰ ਪਾਸੇ ਫਿਰਦੀਆਂ ਨੇ ਕਿ ਇਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਕਿ ਇਹਨਾਂ ਬਾਰੇ ਜਾਣਕਾਰੀ ਆਵੇ ਮਹਾਰਾਸ਼ਟਰਾ ਤੁਸੀਂ ਦੇਖੋ ਇੱਕ ਦੂਸਰਾ ਇਹ ਵੀ ਭਾਰਤੀ ਜਨਤਾ ਪਾਰਟੀ ਕੋਲੇ ਅੱਜਕੱਲ ਇਹ ਇਹਨਾਂ ਦੀ ਹੀ ਸਰਕਾਰ ਆ ਹਾਲਾਂਕਿ ਇਸ ਤੋਂ ਪਹਿਲਾਂ ਮਹਾਗਾੜੀ ਦੀ ਵੀ ਸਰਕਾਰ ਰਹੀ ਉੱਥੇ ਕਾਂਗਰਸ ਵੀ ਰਹੀ ਆ ਉੱਥੇ ਸ਼ਿਵ ਸੇਨਾ ਵੀ ਰਹੀ ਆ ਤੇ ਉਸ ਤੋਂ ਪਹਿਲਾਂ ਉਹਨਾਂ ਦੇ ਨਾਲ ਐਨਸੀਪੀ ਵੀ ਨਾਲ ਹੀ ਹੁੰਦੀ ਸੀ ਇਹ ਤਿੰਨਾਂ ਪਾਰਟੀਆਂ ਦੀ ਸਰਕਾਰ ਸੀ ਮਹਾਰਾਸ਼ਟਰ ਦੇ ਵਿੱਚ 178400 ਔਰਤਾ ਗਾਇਬ ਨੇ ਤੇ 18 ਸਾਲ ਤੋਂ ਉਮਰ ਤੋਂ ਘੱਟ 13333 ਕੁੜੀਆਂ ਤੇ ਇਸ ਤੋਂ ਇਲਾਵਾ ਤੀਸਰੇ ਨੰਬਰ ਤੇ ਉੜੀਸਾ ਉੜੀਸਾ ਦੇ ਵਿੱਚ ਵੀ 70000 ਤੇ 222 ਔਰਤਾਂ ਗਾਇਬ ਨੇ ਤੇ ਕੁੜੀਆਂ 16649 ਤੇ ਜੇ ਯੂਟਿਸ ਦੀ ਗੱਲ ਕਰ ਲੋ ਕਿਉਂਕਿ ਦਿੱਲੀ ਨੂੰ ਹਜੇ ਵੀ ਕਿਉਂਕਿ ਪੂਰਨ ਰਾਜ ਨਹੀਂ ਆ ਦਿੱਲੀ ਨੂੰ ਹਜੇ ਵੀ ਯੂਟੀ ਯੂਨੀਅਨ ਟੈਰੀਟਰੀ ਤੇ ਇਹ ਪਹਿਲੇ ਨੰਬਰ ਤੇ ਆਉਂਦਾ ਇੱਥੇ ਵੀ 61054 ਦੇ ਕਰੀਬ ਔਰਤਾਂ ਗਾਇਬ ਤੇ 22919 ਕੁੜੀਆਂ ਗਾਇਬ ਹੋ ਗਈਆਂ ਨੇ ਤੇ ਦੂਸਰੇ ਨੰਬਰ ਤੇ ਜੰਮੂ ਕਸ਼ਮੀਰ ਇਹ ਤਾਂ ਮੈਂ ਤੁਹਾਨੂੰ ਅੰਕੜੇ ਦੇ ਰਿਹਾ ਕਿ ਇਹ ਸਾਰੇ ਅੰਕੜੇ ਸੁਣ ਕੇ ਹੈਰਾਨ ਰਹਿ ਜਾਈਦਾ ਤੇ ਭਾਰਤ ਦੀ ਸਰਕਾਰ ਕਹਿੰਦੀ ਹੈ ਗ੍ਰਹਿ ਵਿਭਾਗ ਕਹਿੰਦਾ ਕਹਿੰਦੇ ਦੇਖੋ ਜੀ ਏ ਤਾਂ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਜਾਂ ਉਸ ਦਾ ਨਾਲ ਸੰਬੰਧਿਤ ਮਾਮਲਾ ਤੇ ਜਿਹੜਾ ਲਾਅ ਐਂਡ ਆਰਡਰ ਹੁੰਦਾ ਉਹ ਤਾਂ ਰਾਜਾ ਦਾ ਮਾਮਲਾ ਹੁੰਦਾ ਉਹ ਤਾਂ ਸਟੇਟਸ ਦਾ ਮਾਮਲਾ ਹੁੰਦਾ ਸਟੇਟਸ ਨੇ ਦੇਖਣਾ ਹੁੰਦਾ ਮੰਨ ਲੀ ਗੱਲ ਤੁਹਾਡੀ ਸਟੇਟਸ ਨੇ ਦੇਖਣਾ ਹੁੰਦਾ ਤੇ ਮਨੀਪੁਰ ਦੇ ਵਿੱਚ ਜਿਹੜੀ ਵਾਇਲੈਂਸ ਹੋ ਰਹੀ ਆ ਹਿੰਸਾ ਹੋ ਰਹੀ ਆ ਉੱਥੇ ਸਟੇਟ ਕਿਉਂ ਨਹੀਂ ਦੇਖਦੀ ਉਥੋਂ ਦੇ ਐਨ ਬ੍ਰੇਨ ਸਿੰਘ ਜਿਹੜੇ ਤੁਹਾਡੇ ਮੁੱਖ ਮੰਤਰੀ ਨੇ ਉਹਨਾਂ ਨੂੰ ਹਜੇ ਤੱਕ ਬਰਖਾਸਤ ਕਿਉਂ ਨਹੀਂ ਕੀਤਾ ਜਿਹੜੇ ਪਿਛਲੇ 3 ਮਹੀਨਿਆਂ ਤੋਂ ਇਸ ਹਿੰਸਾ ਨੂੰ ਕਾਬੂ ਕਰਨ ਦੇ ਵਿੱਚ ਬਿਲਕੁਲ ਫੇਲ ਸਾਬਤ ਹੋਏ ਨੇ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ